ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਦੋਸਤੋ, ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਦੇਸ਼ ਵਾਸੀਆਂ ਨੂੰ ਬੇਹੱਦ ਉਤਸੁਕਤਾ ਸੀ ਕਿ ਚੰਦਰਯਾਨ 2 ਨੇ ਸਫਲ ਹੋ ਜਾਣਾ, ਪਰ ਜਿਸ ਤਰੀਕੇ ਦੇ ਨਾਲ ਅਚਾਨਕ ਹੀ ਅਸਫਲਤਾ ਸਾਡੇ ਹੱਥ ਲੱਗੀ ਹੈ, ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਕਿ ਅਫਸੋਸ ਦੀ ਕੋਈ ਲੋੜ ਨਹੀਂ, ਹਿੰਮਤ ਹਾਰਨ ਦੀ ਕੋਈ ਲੋੜ ਨਹੀਂ, ਬੰਦਾ ਡਿੱਗ ਡਿੱਗ ਕੇ ਸਵਾਰ ਹੁੰਦਾ, ਅਸੀਂ ਭਵਿੱਖ ਦੇ ਵਿੱਚ ਕਾਮਯਾਬ ਵੀ ਹੋਵਾਂਗੇ। ਅਤੇ ਇਸਰੋ ਦੇ ਵਿਗਿਆਨੀਆਂ ਨੇ ਵੀ ਇਹ ਗੱਲ ਕਹੀ ਹੈ ਕਿ 95% ਅਸੀਂ ਸਫਲ ਹਾਂ ਅਤੇ 5% ਹੀ ਅਸੀਂ ਅਸਫਲ ਹਾਂ। ਇਸ ਮੌਕੇ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਚੰਦਰਯਾਨ 2 ਦੇ ਮੁਤਲਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ, ਕੋਈ ਕਹਿ ਰਿਹਾ ਕਿ ਇਹਦੀ ਲੋੜ ਨਹੀਂ ਸੀ, ਕੋਈ ਕਹਿੰਦਾ ਅਸੀਂ ਅਸਫਲ ਹੋ ਹੀ ਜਾਣਾ ਸੀ, ਕੋਈ ਕਹਿੰਦਾ ਜੀ ਕਿ ਸਸਤਾ ਇੰਨਾ ਬਣਾਇਆ, ਇਹਦੇ ਸਫਲ ਹੋਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਸੀ। ਉਸ ਵਕਤ ਬਾਲੀਵੁੱਡ ਦੇ ਕਈ ਕਲਾਕਾਰਾਂ ਦੇ ਵੱਲੋਂ ਇਸ ਵਿਸ਼ੇ ਦੇ ਉੱਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ, ਪਰ ਸਭ ਨੇ ਇਸ ਮਾਮਲੇ ਦੇ ਉੱਤੇ ਇਹ ਗੱਲ ਕਹੀ ਹੈ ਕਿ ਸਾਨੂੰ ਆਪਣੇ ਵਿਗਿਆਨੀਆਂ ਦੀ ਸਿਫਤ ਕਰਨੀ ਚਾਹੀਦੀ ਹੈ। ਅਨੁਪਮ ਖੇਰ ਹੋਰਾਂ ਨੇ ਅਤੇ ਬਾਲੀਵੁੱਡ ਦੇ ਕਈ ਹੋਰ ਕਲਾਕਾਰਾਂ ਨੇ ਇਹ ਗੱਲ ਕਹੀ ਹੈ ਕਿ ਕੁਝ ਵੀ ਨਾ ਕਰਨ ਦੇ ਨਾਲੋਂ ਵਿਗਿਆਨ ਦੇ ਖੇਤਰ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਲਈ ਅਸੀਂ ਉਹਨਾਂ ਦਾ ਸਹਿਯੋਗ ਦੇਈਏ ਅਤੇ ਉਹਦੇ ਲਈ ਅਸੀਂ ਉਹਨਾਂ ਨੂੰ ਸ਼ਾਬਾਸ਼ ਦੇਈਏ। ਕਈ ਹੋਰ ਕਲਾਕਾਰ ਜਿਹਦੇ ਵਿੱਚ ਕਿਰਨ ਖੇਰ ਵੀ ਹੈ, ਉਹਦੇ ਵਿੱਚ ਸਲਮਾਨ ਖਾਨ, ਆਮਿਰ ਖਾਨ ਅਤੇ ਹੋਰ ਜਿਹੜੇ ਕਲਾਕਾਰ, ਉਹਨਾਂ ਨੇ ਟਵੀਟ ਕਰਕੇ ਗੱਲ ਕਹੀ ਹੈ ਕਿ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਭਾਰਤ ਨੇ ਕੋਸ਼ਿਸ਼ ਤਾਂ ਕੀਤੀ, ਭਾਰਤ ਚੌਥਾ ਦੇਸ਼ ਬਣ ਜਾਣਾ ਸੀ ਚੰਦ ਦੇ ਉੱਤੇ ਪਹੁੰਚਣ ਵਾਲਾ, ਪਰ ਜੇਕਰ ਅਸੀਂ ਅਸਫਲ ਹੋਏ ਹਾਂ ਕੁਝ ਹੱਦ ਤੱਕ ਤਾਂ ਕੋਈ ਗੱਲ ਨਹੀਂ, ਅਸੀਂ ਅੱਗੇ ਤੋਂ ਸਫਲਤਾ ਦਾ ਪਾਠ ਪੜ੍ਹਨ ਦੇ ਲਈ ਹੋਰ ਜ਼ਿਆਦਾ ਖਿੱਚ ਪੈਦਾ ਕਰਾਂਗੇ। ਸੋ ਕਲਾਕਾਰਾਂ ਦੇ ਵੱਲੋਂ ਵੀ, ਬਾਕੀ ਰਾਜਨੀਤਿਕ ਲੋਕਾਂ ਦੇ ਵਾਂਗ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਂਗ, ਵਿਗਿਆਨੀਆਂ ਦੇ ਵਾਂਗ ਇਸ ਮਸਲੇ ਦੇ ਉੱਤੇ ਸਾਰਥਕ ਗੱਲਾਂ ਕਹੀਆਂ ਗਈਆਂ ਕਿ ਅਸੀਂ ਵਿਗਿਆਨ ਦੀ ਸਿਫਤ ਕਰੀਏ, ਵਿਗਿਆਨੀਆਂ ਦੇ ਧੰਨਵਾਦੀ ਹੋਈਏ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਚੰਦਰਯਾਨ ਨੂੰ ਸਫਲ ਬਣਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਸ਼ਾ ਭੋਸਲੇ ਦੇ ਗੀਤਾਂ ਦੀ ਸਿਫਤ ਕਰਦਿਆਂ ਮੇਰਾ ਖਿਆਲ ਆ ਵੀ ਸ਼ਬਦ ਮੁੱਕ ਜਾਂਦੇ ਆ, ਕਿਉਂਕਿ ਉਹਨਾਂ ਦੇ ਗੀਤ ਇੰਨੇ ਖੂਬਸੂਰਤ ਨੇ, ਉਹਨਾਂ ਦੇ ਗੀਤ ਇੰਨੇ ਬਾਕਮਾਲ ਆ ਕਿ ਕੋਈ ਵੀ ਅਲੰਕਾਰ ਵਿਸ਼ੇਸ਼ਣ ਉਹਨਾਂ ਦੇ ਗੀਤਾਂ ਦੇ ਉੱਤੇ ਫਿੱਟ ਨਹੀਂ ਬੈਠਦਾ, ਕਿਉਂਕਿ ਬਹੁਤ ਮਹਾਨ ਨੇ, ਬਹੁਤ ਵੱਡੇ ਗਾਇਕਾਂ ਨੇ। ਉਹਨਾਂ ਦਾ ਜਨਮਦਿਨ ਆ ਅਤੇ ਜਨਮਦਿਨ ਦੇ ਮੌਕੇ ਦੇ ਉੱਤੇ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ, ਪਰ 12,000 ਦੇ ਕਰੀਬ ਆਸ਼ਾ ਭੋਸਲੇ ਹੋਰਾਂ ਨੇ ਗੀਤ ਗਾਏ ਆ। 1948 ਦੇ ਵਿੱਚ ਉਹਨਾਂ ਨੇ ਆਪਣਾ ਇਹੋ ਜਿਹਾ ਹਿੰਦੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਜਿਹਨੇ ਇੱਕ ਨਵਾਂ ਮੀਲ ਪੱਥਰ ਸਾਬਤ ਕਰ ਦਿੱਤਾ, ਜਿਹਨੇ ਇਹੋ ਜਿਹੇ ਕਾਮਯਾਬੀ ਦੇ ਝੰਡੇ ਗੱਡੇ ਕਿ ਉਹਦੀ ਉਦਾਹਰਣ ਦੇਣੀ ਔਖੀ ਹੋ ਜਾਂਦੀ ਹੈ। ਅਤੇ ਜਾਣਕਾਰੀ ਦੇ ਮੁਤਾਬਕ 8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ਸਾਂਗਲੀ ਖੇਤਰ ਦੇ ਵਿੱਚ ਮਰਾਠਾ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਅਤੇ ਆਸ਼ਾ ਭੋਸਲੇ ਨੇ ਆਪਣਾ ਪਹਿਲਾ ਗੀਤ 1943 ਦੇ ਵਿੱਚ 10 ਸਾਲ ਦੀ ਉਮਰ ਦੇ ਵਿੱਚ ਗਾਇਆ, ਜਿਸ ਤੋਂ ਬਾਅਦ 1948 ਦੇ ਵਿੱਚ ਉਹਨਾਂ ਨੇ ਆਪਣਾ ਪਹਿਲਾ ਹਿੰਦੀ ਗੀਤ ਹੰਸਰਾਜ ਬਹਿਲ ਦੇ ਲਈ ਸਾਵਨ ਆਇਆ ਗਾਇਆ ਸੀ। 1997 ਦੇ ਵਿੱਚ ਆਸ਼ਾ ਭੋਸਲੇ ਪਹਿਲੀ ਭਾਰਤੀ ਗਾਇਕਾ ਬਣੀ ਜੋ ਉਸਤਾਦ ਅਲੀ ਅਕਬਰ ਖਾਨ ਨਾਲ ਇੱਕ ਵਿਸ਼ੇਸ਼ ਐਲਬਮ ਦੇ ਤੌਰ 'ਤੇ ਗ੍ਰੈਮੀ ਅਵਾਰਡ ਜਿੱਤਣ ਦੇ ਲਈ ਨਾਮਜ਼ਦ ਹੋਏ। ਅਤੇ ਆਸ਼ਾ ਜੀ ਆਪਣੇ ਕੈਰੀਅਰ ਦੌਰਾਨ 12,000 ਤੋਂ ਵੱਧ ਗੀਤ ਗਾ ਚੁੱਕੇ ਨੇ ਅਤੇ 15 ਤੋਂ ਵੱਧ ਉਹਨਾਂ ਨੇ ਭਾਸ਼ਾਵਾਂ ਦੇ ਵਿੱਚ ਗਾਇਆ। ਅਤੇ 1948 ਤੋਂ ਉਹਨਾਂ ਨੇ ਹਿੰਦੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ। 7 ਬੈਸਟ ਫੀਮੇਲ ਪਲੇਬੈਕ ਪੁਰਸਕਾਰਾਂ ਨਾਲ ਉਹਨਾਂ ਨੂੰ ਫਿਲਮਫੇਅਰ ਅਵਾਰਡ ਦੇ ਤੌਰ 'ਤੇ ਸਨਮਾਨਿਆ ਜਾ ਚੁੱਕਿਆ। 2 ਰਾਸ਼ਟਰੀ ਪੁਰਸਕਾਰਾਂ ਦੇ ਨਾਲ ਆਸ਼ਾ ਭੋਸਲੇ ਹੋਰੀ ਸਨਮਾਨਿਤ ਹੋਏ ਨੇ, ਯਾਨੀ ਕਿ ਹਿੰਦੀ ਫਿਲਮ ਜਗਤ ਦੇ ਵਿੱਚ ਲਤਾ ਮੰਗੇਸ਼ਕਰ ਜੀ ਦੀ ਗੱਲ ਕਰੀਏ ਜਾਂ ਆਸ਼ਾ ਭੋਸਲੇ ਦੀ ਗੱਲ ਕਰੀਏ ਜਾਂ ਇਸ ਪੂਰ ਦੇ ਹੋਰ ਬਾਕੀ ਕਲਾਕਾਰਾਂ ਦੀ ਗੱਲ ਕਰੀਏ, ਉਹਨਾਂ ਦੀ ਆਵਾਜ਼, ਉਹਨਾਂ ਦਾ ਅੰਦਾਜ਼, ਉਹਨਾਂ ਦਾ ਤਜਰਬਾ ਇੰਨਾ ਕੁ ਮਹਾਨ ਹੋ ਚੁੱਕਿਆ ਕਿ ਸੱਚੀ ਮੁੱਚੀ ਸਿਰ ਝੁਕਦਾ ਉਹਨਾਂ ਦੇ ਇਸ ਤਜਰਬੇ ਦੇ ਮੂਹਰੇ। 5 ਤਾਰਾ ਹੋਟਲਾਂ ਦੇ ਬਾਬਤ ਪਿਛਲੇ ਕੁਝ ਕੁ ਸਮੇਂ ਤੋਂ ਵੱਖ ਵੱਖ ਫਿਲਮੀ ਕਲਾਕਾਰਾਂ ਦੇ ਵੱਲੋਂ ਟਵਿੱਟਰ ਦੇ ਉੱਤੇ ਕਈ ਤਰ੍ਹਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਕਿ ਕਿਹੜੀ ਹੋਟਲ ਦੇ ਵੱਲੋਂ ਕਿੰਨੇ ਪੈਸੇ ਕਿਹੜੀ ਚੀਜ਼ ਦੇ ਲੈ ਕੇ ਅਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ, ਲੋਕਾਂ ਨੂੰ ਠੱਗਿਆ ਜਾ ਰਿਹਾ। ਆਪਾਂ ਜਾਣਦੇ ਹਾਂ ਕਿ ਰਾਹੁਲ ਬੋਸ ਦੇ ਵੱਲੋਂ ਚੰਡੀਗੜ੍ਹ ਦੇ ਇੱਕ 5 ਤਾਰਾ ਹੋਟਲ ਦੇ ਮੁਤਲਕ ਇੱਕ ਪੋਸਟ ਪਾਈ ਗਈ ਸੀ ਜਿਹਦੇ ਉੱਤੇ ਬਹੁਤ ਵੱਡੀ ਚਰਚਾ ਹੋਈ ਅਤੇ ਸੰਬੰਧਿਤ ਹੋਟਲ ਨੂੰ ਬਾਅਦ ਵਿੱਚ ਜੁਰਮਾਨਾ ਵੀ ਹੋਇਆ ਸੀ। ਉਹਨਾਂ ਨੇ ਇਹ ਗੱਲ ਲਿਖੀ ਸੀ ਕਿ 450 ਰੁਪਈਏ ਤੋਂ ਵੱਧ ਦੇ 2 ਕੇਲੇ ਇਸ 5 ਤਾਰਾ ਹੋਟਲ ਦੇ ਵਿੱਚ ਮੈਨੂੰ ਮਿਲੇ ਆ। ਮਤਲਬ ਇਹ ਹੈ ਕਿ GST ਵੀ ਇਹਨਾਂ ਕੁਦਰਤੀ ਚੀਜ਼ਾਂ ਦੇ ਉੱਤੇ ਲੱਗ ਰਹੀ ਹੈ ਅਤੇ ਕਿਵੇਂ ਹੋਟਲਾਂ ਦੇ ਵੱਲੋਂ ਅੰਨੀ ਪਾਈ ਗਈ ਹੈ ਇਸ ਵਕਤ ਉਹ ਕਿਸੇ ਦੀ ਸੁਣਦੇ ਨਹੀਂ। ਪਰ ਹੁਣ ਕੀਕੂ ਸ਼ਾਰਦਾ ਜਿਹੜੇ ਕਿ ਆਪਾਂ ਜਾਣਦੇ ਹਾਂ ਕਿ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਕੰਮ ਕਰਦੇ ਆ, ਉਹਨਾਂ ਦੇ ਵੱਲੋਂ ਇੱਕ ਜਾਣਕਾਰੀ ਟਵੀਟ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ 78,000 ਰੁਪਈਏ ਦਾ ਮੈਨੂੰ ਇੱਕ ਕੌਫੀ ਦਾ ਕੱਪ ਮਿਲਿਆ। ਇਹ ਗੱਲ ਸੁਣ ਕੇ ਸਾਰੇ ਹੈਰਾਨ ਹੋ ਸਕਦੇ ਆ ਵੀ 78,000 ਰੁਪਈਏ ਦਾ ਇੱਕ ਕੱਪ, ਇਹ ਕਿਵੇਂ ਸੰਭਵ ਹੋ ਸਕਦਾ, ਭਾਰਤ ਦੇ ਵਿੱਚ ਤਾਂ ਨਹੀਂ। ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਇੰਡੋਨੇਸ਼ੀਆ ਦੀ ਕਰੰਸੀ ਦੇ ਮੁਤਾਬਕ ਇਹ ਸਭ ਕੁਝ ਹੋਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇੰਡੋਨੇਸ਼ੀਆ ਦੇ ਵਿੱਚ ਗਿਆ ਸਾਂ ਅਤੇ 78,650 ਰੁਪਏ ਦਾ ਇੱਕ ਮੈਨੂੰ ਹੋਟਲ ਦੇ ਵਿੱਚ ਕੌਫੀ ਦਾ ਕੱਪ ਮਿਲਿਆ। ਅਤੇ ਉਹਨਾਂ ਨੇ ਕਿਹਾ ਜੀ ਕਿ ਭਾਰਤ ਦੇ ਵਿੱਚ
400, 500, 700 के नाँ के उत्ते किस तरीके विवाद पैदा हुंदा है, पर इंडोनेशिया दे विच इन्नी महंगाई है कि इदां भी हुंदा है। पर गल असल दे विच इत्थे मुकदी है कि इंडोनेशिया की करंसी दे विच भावें लख रुपये ना होवे, पर जिहड़े असी भारत दे विच रहिंदे आ इस भारत दे विच जिहड़े नियम कानून शर्तां जेकर उन्हां नूं कोई उलंघना करदा उन्हां दी कोई पालणा नहीं करदा तां उस तों बाद किंतु होणी कुदरती है। सो जेकर पंज तारा होटलों के इदा लुट पई है तो उहदे उत्ते किंतु करनी भी बनती है। जेकर पानी की एक बोतल बाहर 20 रुपए की है तो अंदर जाके वह 500 रुपये की हो जाती है तो कुदरत दे सोमे तो उही है। ये मन सकते हैं कि पंज तारा होटल दे विच चलो दुगुनी होगी, चलो 3 गुणा महंगी होगी, पर जेकर 100 गुणा महंगी हो जूगी वह चीज़ फिर वो उत्ते किंतु परंतु होना कुदरती भी है। जाने जाते दोस्तों जेकर असी पंजाबी गीत संगीत ते फिल्मों की गल करिए इनी दिनी पंजाबी गीत संगीत दे विच जो कुछ चल रहा आपां उहदे मुतलक सारा कुछ जानते हैं। पंजाबी गीतों दे विच किस कदर हिंसा, पंजाबी गीतों दे विच किस कदर एक दूजे के खिलाफ शब्दावली वरती जा रही है, पंजाबी फिल्मों दे विच किस तरीके दे नाल वनगी आउण दी थां दे उत्ते इको जिहियां फिल्मां आई जा रही तो जिहड़ियां आउंदियां उह किन्नियां क कामयाबी दा सवार चखदियां आपां जाणदे हां। पिछले कई दिनों तो एली मांगट ते रंधावा भरा यानी कि रमी रंधावा ते प्रिंस रंधावा दे शब्दक बाण आ जिहड़े उह एक दूजे दे खिलाफ चल रहे हैं। रमी रंधावा ते प्रिंस रंधावा ने एक मंच दे उत्ते एली मांगट दे खिलाफ बोलिया, उस तो बाद दोवां धिरां दे वल्लों एक दूजे दे खिलाफ इहो जिहे शब्द वरते जा रहे हैं, इहो जिहे अपशब्दां दी वरतों की जा रही है कि उहदे उत्ते हैरानी होनी कुदरती है। हालांकि रमी रंधावा ने प्रिंस रंधावा ने यह गल कही कि असी पंजाब के गैरतमंद लोगों के उत्ते गल छड़दे हां कि वह किहड़ी गल्लों इदां दे गीतां नूं पसंद करदे आ, पर एली मांगट होरां दे वल्लों भी अगों चुनौती दित्ती गई है, बाद दे विच गाल दुप्पड़ की वरतों की गई है। कहने का भाव यह है कि पंजाबी कलाकार जदों आपस दे विच लड़दे आ जदों आपस दे विच बहसदे आ उदों दुख होना कुदरती है। जिहड़े कलाकारां नूं लोक अपना रोल मॉडल मानते हैं उन्हां कलाकारां दे एक हिस्से दे वल्लों किहो जी ऊट पटांग पेशकारी की जाती है, किस तरीके दे नाल उह आपस दे विच भिड़न दीआं गल्लां करदे आ। हालांकि असीं इह गल कहिंदे आ कि कला खेत्र आ जिहड़ा उह बहुत ही नरम दिल लोगों का, बहुत ही सादे लोगों का, तो रब दे नाल इकमिक होण दा इह जरिया, पर जो कुछ चल रहा आपां सारे जाणदे आ। सो सोशल मीडिया दे उत्ते लोग चटकारे भी लैंदे आ, किसी की कोई राय हुंदी आ, किसी की कोई धारणा हुंदी आ, पर इस गल दा दुख मनाउणा चाहीदा, इस गल दे उत्ते कच्छा नहीं वजाउणियां चाहीदियां। दुख इस करके मनाउणा चाहीदा कि कलाकारां नूं अपने काम तक सीमित रहना चाहीदा ते चंगे काम की पेशकारी करनी चाहीदी, तो साडे सब दे लई भी इह जरूरी है कि असीं चंगे की कदर करिए ते माड़े नूं नकार देईए। खबरां दोस्तों कई होर भी सन पर जो वक्त की घाट है रुकने का इशारा कर रही है। अगले हफ्ते मनोरंजक दुनिया तहत कुछ होर खबरां लेके हाजिर होवांगे, उदों तक लई दिओ आग्या, बहुत बहुत मेहरबानी।